ਲੋ ਦੋਸਤੋ ਸਾਡੇ ਨਾਲ ਉੱਗੇ ਪੱਤਰਕਾਰ ਤੇ ਬ੍ਰਾਡਕਾਸਟਰ ਸਰਦਾਰ ਸੁਬੰਧ ਸਿੰਘ ਟੈਣਾ ਜਲੰਧਰ ਤੋਂ ਜੁੜ ਚੁੱਕੇ ਨੇ। ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਹੁਤ ਵਧੀਆ। ਕੀ ਬਾਤ ਹੈ ਜੀ। ਟੈਣਾ ਸਾਹਿਬ, ਇੱਕ ਕੈਬਨਿਟ ਮੰਤਰੀ ਦੀ ਕੁੜਮਣੀ ਨੂੰ ਲੱਭਣ ਵਾਲੇ ਨੂੰ ਕਹਿੰਦੇ ਵੀ 50,000 ਦਾ ਇਨਾਮ ਮਿਲੂਗਾ। ਹਾਂਜੀ ਬਿਲਕੁਲ ਜੀ, ਇਹ ਜਿਹੜੇ ਸੁੰਦਰ ਸ਼ਾਮ ਅਰੋੜਾ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਆ, ਉਹਨਾਂ ਦੀ ਕੁੜਮਣੀ ਨੂੰ ਗੁਆਚਿਆ ਤਕਰੀਬਨ ਹੋ ਚੁੱਕੇ ਆ 22 ਦਿਨ। ਤੇ ਉਹ ਜਿਹੜੇ 22 ਦਿਨ ਹੋਣ ਦੇ ਬਾਵਜੂਦ ਹਾਲੇ ਤੱਕ ਲੱਭੇ ਨੀ ਗਏ, ਤੇ ਨਾ ਪੁਲਿਸ ਕੋਈ ਲੱਭ ਸਕੀ ਉਹਨਾਂ ਨੂੰ, ਤੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਆ ਤੇ ਉਹ ਕਿੱਥੇ ਗਏ ਤੇ ਕੁਝ ਅਜੇ ਪਤਾ ਨੀ ਲੱਗ ਸਕਿਆ। ਜਿਹਦੇ ਕਰਕੇ ਟੱਬਰ ਦੇ ਜੀਆਂ ਨੇ ਖੁਦ ਬਣਾ ਕੇ ਪੋਸਟਰ ਤੇ ਕੰਨਾਂ ਦੇ ਉੱਤੇ ਲਾਏ ਆ ਕਿ ਜਿਹੜਾ ਵੀ ਵਿਅਕਤੀ ਇਹਨਾਂ ਦੀ ਜਾਣਕਾਰੀ ਦੇਊਗਾ ਤੇ ਉਹਨਾਂ ਨੂੰ ਅਸੀਂ 50,000 ਰੁਪਇਆ ਨਕਦ ਇਨਾਮ ਦੇਵਾਂਗੇ। ਸੋ ਇਹ ਮਜਬੂਰੀ ਦੇ ਵਿੱਚ ਖਬਰ ਆ, ਤੇ ਇਸ ਖਬਰ ਤੋਂ ਬਾਅਦ ਪਤਾ ਲੱਗਦਾ ਕਿ ਜੇਕਰ ਇੱਕ ਮੰਤਰੀ ਦੀ ਕੁੜਮਣੀ ਨਹੀਂ ਮਿਲਦੀ ਤਾਂ ਫਿਰ ਆਮ ਲੋਕਾਂ ਦਾ ਕੀ ਹੋਊਗਾ, ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ, ਹਾਲੇ ਤੱਕ ਇਹ ਕਾਰਨ ਪਤਾ ਨਹੀਂ ਲੱਗ ਸਕਿਆ ਵੀ ਘਟਨਾ ਵਾਪਰੀ ਕੀ ਹੈ, ਕਿਉਂ ਉਹ ਗਾਇਬ ਹੋਏ ਆ, ਕੋਈ ਹਾਦਸਾ ਵਾਪਰ ਗਿਆ ਜਾਂ ਕੁਝ ਹੋਇਆ ਕੁਝ ਹੋਰ ਹੋਇਆ ਜੀ। ਜੀ 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 ਬਿਲਕੁਲ, ਖੈਰ ਇਹ ਮੰਦਭਾਗੀ ਘਟਨਾ ਹੈ ਜੀ। ਟੈਣਾ ਸਾਹਿਬ, ਅਗਲੀ ਗੱਲ ਜਿਹੜੀ ਹੈਗੀ ਆ ਉਹ ਸੋਮ ਪ੍ਰਕਾਸ਼ ਦੀ, ਜਿਹੜੇ ਸਾਡੇ ਮੰਤਰੀ ਨੇ ਉਹ ਵੀ ਉਹਨਾਂ ਦੀ ਕੋਠੀ ਦਾ ਕੋਠੀ ਘੇਰਨ ਲਈ ਜਾ ਰਹੇ ਰਵਿਦਾਸ ਭਾਈਚਾਰੇ ਦੇ ਜਿਹੜੇ ਬੰਦੇ ਸੀ ਉਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ, ਇਹ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ? ਜੇ ਹੋਣਾ ਚਾਹੀਦਾ ਦਿੱਲੀ ਚ ਹੋਵੇ, ਪੰਜਾਬ ਦੇ ਨਾਲ ਉਹਦਾ ਕੀ ਸੰਬੰਧ ਹੈ? ਦੇਖੋ ਗੱਲ ਇਹ ਜੀ ਕਿ ਕਿਉਂਕਿ ਉਹ ਕੇਂਦਰੀ ਮੰਤਰੀ ਹੈ, ਇਸ ਕਰਕੇ ਉਹਨਾਂ ਦੇ ਘਰ ਦਾ ਘਿਰਾਓ ਕੀਤਾ ਗਿਆ। ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਘਿਰਾਓ ਕੀਤਾ ਗਿਆ ਉਸ ਤੋਂ ਬਾਅਦ ਇੱਛਾ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਜਾਵੇ ਕਿ ਉਹ ਆਪਣੀ ਕੈਬਨਿਟ ਦੇ ਵਿੱਚ ਉਹ ਆਪਣੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਕਿ ਇਸ ਮਸਲੇ ਦੇ ਉੱਤੇ ਕੋਈ ਢੁਕਵਾਂ ਹੱਲ ਕੱਢਿਆ ਜਾਵੇ, ਕਿਉਂਕਿ ਆਪਾਂ ਜਾਣਦੇ ਹਾਂ ਵੀ ਕੇਂਦਰ ਸਰਕਾਰ ਦੇ ਉੱਤੇ ਵੀ ਦੋਸ਼ ਮੜਿਆ ਜਾ ਰਿਹਾ ਰਵਿਦਾਸ ਭਾਈਚਾਰੇ ਦੇ ਵੱਲੋਂ। ਉਹਨਾਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਧੱਕਾ ਹੋਇਆ, ਜਿਸ ਤਰੀਕੇ ਦੇ ਨਾਲ ਸਾਡਾ 500 ਸਾਲ ਪੁਰਾਣਾ ਮੰਦਰ ਢਾਇਆ ਗਿਆ, ਜਿਸ ਤਰੀਕੇ ਦੇ ਨਾਲ ਸਾਨੂੰ ਇਸ ਦਾਇਰੇ ਦੇ ਵਿੱਚ ਲਿਆ ਹੀ ਨਹੀਂ ਜਾ ਰਿਹਾ ਕਿ ਇਸ ਘਟਨਾ ਦੇ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਵਲੁੰਦਰੀਆਂ ਗਈਆਂ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਸਾਡੇ ਪੱਲੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਣਾ। ਪਿਛਲੇ ਦਿਨੀ ਰਵਿਦਾਸ ਭਾਈਚਾਰੇ ਨੇ ਜਾ ਕੇ ਦਿੱਲੀ ਦੇ ਵਿੱਚ ਜੰਤਰ ਮੰਤਰ ਚ ਪ੍ਰਦਰਸ਼ਨ ਕੀਤਾ ਸੀਗਾ, ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਸੇ ਥਾਂ ਦੇ ਉੱਤੇ ਹੀ ਦੁਬਾਰਾ ਮੰਦਰ ਬਣਾਇਆ ਜਾਵੇ। ਕੇਂਦਰ ਦੇ ਵੱਲੋਂ ਹਾਲੇ ਤੱਕ ਬਾਤ ਪੁੱਛੀ ਨਹੀਂ ਗਈ, ਅਮਿਤ ਸ਼ਾਹ ਹੋਰਾਂ ਦੇ ਨਾਲ ਇਹਨਾਂ ਦੀ ਮੀਟਿੰਗ ਨਹੀਂ ਹੋਈ, ਨਰਿੰਦਰ ਮੋਦੀ ਨਾਲ ਮੀਟਿੰਗ ਨਹੀਂ ਹੋਈ, ਪਰ ਹਾਂ ਸੁਪਰੀਮ ਕੋਰਟ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਜਿਹੜਾ ਆਦੇਸ਼ ਸੁਣਾਉਣਾ ਸੀ ਇਹਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ, ਕੱਲ ਨੂੰ ਕੋਈ ਹੋਰ ਕਹੂਗਾ ਕਿ ਸਾਡਾ ਜੀ ਏਦਾਂ ਨੀ ਏਦਾਂ ਹੁੰਦਾ ਏਦਾਂ ਨੀ ਏਦਾਂ ਹੁੰਦਾ, ਇਸ ਕਰਕੇ ਜੋ ਸਾਡੇ ਆਦੇਸ਼ ਆ ਉਹਦਾ ਪਾਲਣ ਕੀਤਾ ਜਾਵੇ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਨਾ ਕੀਤੇ ਜਾਣ ਤੇ ਨਾ ਹੋਣ ਦਿੱਤੇ ਜਾਣ, ਇਸ ਕਰਕੇ ਦਿੱਲੀ ਦੀ ਸਰਕਾਰ ਨੂੰ ਜ਼ਿੰਮੇਵਾਰ ਰਹਿਣਾ ਚਾਹੀਦਾ। ਦਿੱਲੀ ਦੀ ਸਰਕਾਰ ਨੇ ਪਿਛਲੇ ਦਿਨ ਇਹ ਗੱਲ ਕਹੀ ਸੀ ਕੇਜਰੀਵਾਲ ਸਰਕਾਰ ਨੇ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਇਹ ਮੰਦਰ ਫੇਰ ਬਣ ਜਾਏ, ਪਰ ਇਹਦੇ ਲਈ ਕੇਂਦਰ ਦੀ ਸਰਕਾਰ ਸਾਨੂੰ ਜਗ੍ਹਾ ਅਲਾਟ ਕਰਕੇ ਦੇ ਦੇਵੇ ਤੇ ਅਸੀਂ ਉਸ ਥਾਂ ਦੇ ਉੱਤੇ ਆਪਣੇ ਖਰਚੇ ਦੇ ਉੱਤੇ ਮੰਦਰ ਬਣਾ ਦਿੰਦੇ। ਪਰ ਜਿਹੜੇ ਸੋਮ ਪ੍ਰਕਾਸ਼ ਹੈ ਇਹ ਕਿਉਂਕਿ ਕੇਂਦਰੀ ਮੰਤਰੀ ਹੈ, ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਹੈ, ਇਹਨਾਂ ਦੇ ਵੱਲੋਂ ਵੀ ਹਾਲੇ ਤੱਕ ਇਹਦੇ ਵਿੱਚ ਕੋਈ ਯੋਗਦਾਨ ਇਸ ਮਸਲੇ ਚ ਪਾਇਆ ਨਹੀਂ ਸੀ ਗਿਆ, ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਕੱਲ ਰਵਿਦਾਸ ਭਾਈਚਾਰਾ ਜਿਹੜਾ ਉਹ ਇਕੱਠਾ ਹੋ ਕੇ ਗਿਆ ਸੀਗਾ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਪਖਵਾੜੇ, ਜਿੱਥੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਰਵਿਦਾਸ ਭਾਈਚਾਰੇ ਨੂੰ। ਇਹ ਧੱਕਾ ਮੁੱਕੀ ਵੀ ਇੱਥੇ ਹੋਈ ਹੈ ਪਰ ਧਰਨਾ ਪ੍ਰਦਰਸ਼ਨ ਕਰਨ ਦੇ ਵਿੱਚ ਰਵਿਦਾਸ ਭਾਈਚਾਰਾ ਸਫਲ ਹੋਇਆ ਜੀ। ਅੱਛਾ ਜੀ, ਕਿਆ ਬਾਤ ਹੈ। ਉਧਰ ਇੱਕ ਜੇ ਆਪਾਂ ਕਹੀਏ ਜੀ ਪੁਲਿਸ ਨਾਕਾਮ ਰਹੀ ਹੈ, ਉਹਦੇ ਮਗਰੋਂ ਔਰਤਾਂ ਹੁਣ ਜਿਹੜਾ ਠੀਕਰੀ ਪੈਰਾ ਲਾਉਣ ਲੱਗੇ ਨੇ, ਕਿਹੜੇ ਪਿੰਡ ਦੀ ਗੱਲ ਹੈ? ਦੇਖੋ ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹੀ ਕੁਝ ਚੱਲ ਰਿਹਾ ਜਿਹੜਾ ਕੁਝ ਨਹੀਂ ਚੱਲਣਾ ਚਾਹੀਦਾ, ਲੋਕ ਪਰੇਸ਼ਾਨ ਆ, ਲੋਕ ਤਰਾਹ ਤਰਾਹ ਕਰ ਰਹੇ ਆ ਪਰ ਸਾਡੇ ਚੁਣੇ ਹੋਏ ਨੁਮਾਇੰਦੇ ਕੱਖ ਵੀ ਨਹੀਂ ਕਰ ਰਹੇ। ਸਾਡਾ ਪੁਲਿਸ ਤੰਤਰ ਆ ਜਿਹੜਾ ਉਹ ਸਿਰਫ ਰਾਜਨੀਤਿਕ ਲੋਕਾਂ ਦੀ ਚਾਕਰੀ ਕਰਨ ਦੇ ਵਿੱਚ ਲੱਗਾ ਹੋਇਆ, ਪਰ ਜਿਹੜੇ ਸਧਾਰਨ ਲੋਕ ਆ ਉਹਨਾਂ ਦੀ ਜਾਨ ਮਾਲ ਦੀ ਹਿਫਾਜ਼ਤ ਦੀ ਵਚਨਬੱਧਤਾ ਨਹੀਂ ਦੁਹਰਾ ਰਿਹਾ, ਭਾਵੇਂ
ਥਾਣਿਆਂ ਦੇ ਚੌਂਕੀਆਂ ਦੇ ਬਾਹਰ ਮੋਟੇ ਅੱਖਰਾਂ ਚ ਲਿਖਿਆ ਕਿ ਪੁਲਿਸ ਜਨਤਾ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ। ਪਰ ਵਚਨਬੱਧ ਤਾਂ ਦਿਸਦੀ ਕਿਤੇ ਵੀ ਨੀ। ਜਿਹੜੀ ਤਾਜ਼ਾ ਖ਼ਬਰ ਉਹ ਇਹ ਹੈ ਕਿ ਪਿੰਡਾਂ ਦੇ ਵਿਚ ਲਗਾਤਾਰ ਚੋਰੀਆਂ ਵੱਧ ਰਹੀਆਂ, ਸ਼ਹਿਰਾਂ ਚ ਵੀ ਇਹੀ ਕੁਛ ਹੈ, ਟੁੱਟਾਂ ਖੂਹਾਂ ਵੱਧ ਰਹੀਆਂ, ਕਤਲੋਗਾਰਡ ਵੱਧ ਰਿਹਾ, ਗੈਂਗਸਟਰ ਵੱਧ ਰਹੇ ਆ। ਤੁਸੀਂ ਸੈਰ ਤੇ ਗਏ ਆ, ਪਤਾ ਨੀ ਕੌਣ ਤੁਹਾਨੂੰ ਮਾਰ ਕੇ ਤੁਹਾਡਾ ਮੋਬਾਈਲ ਲੈ ਗਏ। ਰਾਤ ਦੇ ਵੇਲੇ ਘਰ ਆਉਂਦੀ ਆ, ਤੁਸੀਂ ਕਾਰ ਦੇ ਉੱਤੇ ਆ, ਮੋਟਰਸਾਈਕਲ ਦੇ ਉੱਤੇ ਆ, ਨਸ਼ੇੜੀ ਤੁਹਾਨੂੰ ਘੇਰਾ ਪਾ ਕੇ ਖੜ ਜਾਂਦੇ ਆ। ਜੇਕਰ ਤੁਸੀਂ ਮੋਟਰਸਾਈਕਲ ਉਹ ਮੰਨ ਲਓ ਤੁਹਾਨੂੰ ਕਹਿੰਦੇ ਵੀ ਮੋਟਰਸਾਈਕਲ ਸਾਨੂੰ ਦੇ ਦੇ, ਜੇ ਤੁਸੀਂ ਵਿਰੋਧ ਕਰਦੇ ਹੋ ਉਹ ਤੁਹਾਡੇ ਸਿਰ ਚ ਕੋਈ ਕਾਪਾ ਮਾਰਨ, ਤੁਹਾਡੇ ਕਿਰਚ ਮਾਰਨ, ਤੁਹਾਡੇ ਗੋਲੀ ਮਾਰਨ, ਇਹ ਕੁਛ ਪਤਾ ਨੀ ਹੁੰਦਾ ਉਹਨਾਂ ਦਾ। ਇਸ ਕਰਕੇ ਬੰਦਾ ਹੱਥ ਜੋੜ ਕੇ ਸੜਕ ਤੇ ਖੜਾ ਹੋ ਜਾਂਦਾ ਵੀ ਆਹ ਲੈ ਜਾ ਭਰਾਵਾ, ਮੋਬਾਈਲ ਚਾਹੀਦਾ ਆਹ ਵੀ ਲੈ ਜਾ, ਪੈਸੇ ਚਾਹੀਦੇ ਆ ਮੈਂ ਫਟੂਆ ਲੈ ਜਾ। ਬੰਦਾ ਜਾਨ ਬਚਾਉਣ ਦੇ ਲਈ ਸੌ ਕੁਝ ਕਰਦਾ। ਹੁਣ ਜਿਹੜਾ ਲੁਹਾਰਾ ਪਿੰਡ ਆ ਲੁਧਿਆਣੇ ਦੇ ਵਿਚ, ਇੱਥੇ ਔਰਤਾਂ ਦੇ ਵੱਲੋਂ ਇਕੱਠੀਆਂ ਹੋ ਕੇ ਡਾਂਗਾਂ ਚੁੱਕੀਆਂ ਗਈਆਂ। ਉਹ ਔਰਤਾਂ ਨੇ ਡਾਂਗਾਂ ਚੁੱਕ ਕੇ ਥੋੜੇ ਠੀਕਰੀ ਪਹਿਰਾ ਲਾਉਣਾ ਸ਼ੁਰੂ ਕੀਤਾ। ਇਹਨਾਂ ਔਰਤਾਂ ਦਾ ਇਹ ਕਿਹੜਾ ਵੀ ਮਰਦ ਵੀ ਸਾਡੇ ਨਾਲ ਆ, ਪਰ ਮਜਬੂਰੀ ਦੇ ਵਿਚ ਹੁਣ ਸਾਨੂੰ ਘਰਾਂ ਦੇ ਵਿਚੋਂ ਨਿਕਲ ਕੇ ਤੇ ਰਾਤ ਦੇ ਵੇਲੇ ਪਿੰਡ ਦੇ ਮੋੜਾਂ ਦੇ ਉੱਤੇ ਨਾਕੇ ਲਾਉਣੇ ਪੈ ਰਹੇ ਆ, ਠੀਕਰੀ ਪਹਿਰੇ ਲਾਉਣੇ ਪੈ ਰਹੇ ਆ। ਇਹਨਾਂ ਬੀਬੀਆਂ ਨੇ ਕਿਹਾ ਵੀ ਹਰ ਰੋਜ਼ ਸਾਡੇ ਪਿੰਡ ਦੇ ਵਿਚ ਤੋਲੀਆਂ ਹੁੰਦੀਆਂ, ਹਰ ਰੋਜ਼ ਲੁੱਟਾਂ ਖੋਹਾਂ ਹੁੰਦੀਆਂ, ਅਸੀਂ ਜਾਈਏ ਤਾਂ ਜਾਈਏ ਕਿੱਥੇ। ਇਹਨਾਂ ਔਰਤਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਆ, ਉਹਨਾਂ ਤੱਕ ਵੀ ਪਹੁੰਚ ਕੀਤੀ ਹੈ, ਮੰਗ ਪੱਤਰ ਦਿੱਤਾ ਹੈ। ਬੈਂਸ ਹੋਰਾਂ ਨੇ ਵੀ ਕਿਹਾ ਵੀ ਪਿੰਡਾਂ ਦੇ ਵਿਚ ਲੁੱਟਾਂ ਖੋਹਾਂ ਵੱਧ ਰਹੀਆਂ ਤੇ ਪੁਲਿਸ ਨੂੰ ਇਹਦੇ ਬਾਰੇ ਖਿਆਲ ਕਰਨਾ ਚਾਹੀਦਾ। ਜੀ 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 ਟਾਣਾ ਸਾਹਿਬ, ਇੱਕ ਮੰਦਭਾਗੀ ਖਬਰ ਜਿਹੜੀ ਅਮਰੀਕਾ ਤੋਂ ਆ, ਕੈਲੀਫੋਰਨੀਆ ਦਾ ਸ਼ਹਿਰ ਹੈ ਜਿਹੜਾ ਟ੍ਰੇਸੀ ਉਹ ਸ਼ਹਿਰ ਹੈ ਜਿੱਥੇ ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਦੀ ਬਹੁਤ ਭਾਰੀ ਗਿਣਤੀ ਚ ਵਾਧਾ ਹੋਇਆ। ਬਹੁਤ ਹੀ ਜ਼ਿਆਦਾ ਪੰਜਾਬੀ ਪਰਿਵਾਰ ਟ੍ਰੇਸੀ ਸ਼ਹਿਰ ਦੇ ਵਿਚ ਰਹਿੰਦੇ ਨੇ, ਸੈਨ ਫਰਾਂਸਿਸਕੋ ਦੇ ਬਹੁਤ ਨੇੜੇ ਹੈ। ਉਥੇ ਇਕ ਬਜੁਰਗ ਜਿਹੜੇ ਨੇ ਉਹ 9 ਵਜੇ ਸ਼ਾਮ ਦੇ ਤੁਰਨ ਫਿਰਨ ਗਏ ਸੀ ਪਾਰਕ ਦੇ ਵਿਚ, ਕਿਸੇ ਅਣਪਛਾਤੇ ਬੰਦੇ ਨੇ ਉਨ੍ਹਾਂ ਦਾ ਚਾਕੂਆਂ ਮਾਰ ਕੇ ਜਿਹੜੀ ਕੀ ਆ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਹੈ, ਜਿਸ ਦੀ ਕਿ ਕਾਫੀ ਸੋਗ ਉਥੇ ਦੇ ਭਾਈਚਾਰੇ ਦੇ ਵਿਚ ਫੈਲਿਆ। ਪਰ ਜਿੱਥੇ ਅਸੀਂ ਇਸ ਦੁਖਦਾਈ ਘਟਨਾ ਦਾ ਸੋਗ ਜ਼ਰੂਰ ਮਨਾਉਂਦੇ ਹਾਂ, ਅਸੀਂ ਇਕ ਗੱਲ ਰੇਡੀਓ ਚੰਨ ਪਰਦੇਸੀ ਦੇ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ, ਵਿਦੇਸ਼ਾਂ ਦੇ ਵਿਚ ਜਿੰਨੇ ਸਾਡੇ, ਖਾਸ ਕਰਕੇ ਅਮਰੀਕਾ ਦੇ ਵਿਚ ਜਿੱਥੇ ਸਾਡਾ ਸਿੱਖ ਭਾਈਚਾਰਾ ਹੈ, ਖਾਸ ਕਰਕੇ ਜਿਹੜੇ ਕਿ ਸਿੱਖੀ ਸਰੂਪ ਵਾਲੇ ਨੇ, ਉਨ੍ਹਾਂ ਨੂੰ ਲੇਟ ਸ਼ਾਮ ਦੇ ਜਾਂ ਅਜਿਹੇ ਟਾਈਮ ਦੇ ਵਿਚ ਪਾਰਕਾਂ ਦੇ ਵਿਚ ਹੁਣ ਘੁੰਮਣਾ ਨਹੀਂ ਚਾਹੀਦਾ। ਕਈ ਜਿਹੜੇ ਸਾਡੇ ਸਭਿਆਚਾਰਕ ਮੇਲੇ ਹੁੰਦੇ ਨੇ ਉਥੇ ਵੀ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ, ਜਾਂ ਫਿਰ ਕਈ ਵਾਰੀ ਸਭਿਆਚਾਰਕ ਪ੍ਰੋਗਰਾਮ ਹੁੰਦੇ ਨੇ, ਗੀਤ ਸੰਗੀਤ ਹੁੰਦਾ ਉਥੇ ਵੀ, ਕਿਉਂਕਿ ਜਿਹੀਆਂ ਘਟਨਾਵਾਂ ਅਮਰੀਕਾ ਦੇ ਵਿਚ ਅੱਜ ਕੱਲ੍ਹ ਫੈਲ ਰਹੀਆਂ ਨੇ, ਉਨ੍ਹਾਂ ਨੂੰ ਕਈ ਲੋਕ ਇਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਜੋੜ ਕੇ ਕਹਿ ਦਿੰਦੇ ਨੇ। ਪਰ ਨਸਲੀ ਵਿਤਕਰਾ ਅਸੀਂ ਇਹਨੂੰ ਨਾਂ ਦਿੰਦੇ ਹਾਂ, ਇਹ ਨਸਲੀ ਵਿਤਕਰਾ ਜਿਹੜਾ ਅਮਰੀਕਾ ਦੀ ਧਰਤੀ ਤੇ ਹੁਣ ਕਾਫੀ ਫੈਲਿਆ ਹੋਇਆ, ਸੋ ਆਪਣਾ ਬਚਾਅ ਕਰਨ ਦੇ ਵਿਚ ਸਾਨੂੰ ਖੁਦ ਹੀ ਜਿੰਮੇਵਾਰੀ ਲੈਣੀ ਪਊਗੀ। ਸੋ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਥੋੜਾ ਜਿਹਾ ਸਮੇਂ ਦਾ ਦੇਖ ਕੇ ਹੀ ਅਸੀਂ ਬਾਹਰ ਪਾਰਕਾਂ ਚ ਘੁੰਮੀਏ, ਕਿਉਂਕਿ ਜਿਹੜੀ ਸਾਡੀ ਪੱਗ ਜਾਂ ਦਾੜੀ ਹੈ ਇਹਨਾਂ ਲੋਕਾਂ ਨੂੰ ਬਹੁਤ ਭੜਕਾਉਂਦੀ ਹੈ। ਇਹ ਲੋਕ ਜਿਹੜੇ ਨੇ ਇਹ ਨਹੀਂ ਸੋਚਦੇ ਕਿ ਇਹ ਬੰਦੇ ਦਾ ਪਿਛੋਕੜ ਕੀ ਹੈ, ਇਹ ਕਿੱਥੋਂ ਆਇਆ, ਪਰ ਉਹ ਆਪਣਾ ਕੰਮ ਕਰਕੇ ਚਲੇ ਜਾਂਦੇ ਨੇ। ਜੀ ਬਿਲਕੁਲ ਸਹੀ ਹੈ। ਦੂਜੇ ਪਾਸੇ ਟਹਿਣਾ ਸਾਹਿਬ, ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਇਆ, ਉਹਦੇ ਵਿਚ ਸੁਖਜਿੰਦਰ ਸਿੰਘ ਰੰਧਾਵਾ ਉਹ ਨਾਰਾਜ਼ ਹੋਏ ਨੇ ਜੀ ਇਸ ਗੱਲ ਦੇ ਉੱਤੇ। ਦੇਖੋ ਗੱਲ ਤਾਂ ਇਹ ਜੀ ਕਿ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਇਆ ਨੂੰ 5 ਤੋਂ 7 ਦਿਨ ਹੋ ਗਏ। ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਮੰਤਰੀ ਸਾਡੇ ਘਰ ਵਾਰ ਵਾਰ ਇੱਕੋ ਗੱਲ ਕਹੀ ਜਾਂਦੇ ਕਿ ਕਰਤਾਰਪੁਰ ਲਾਂਘੇ ਦਾ ਕੰਮ ਲਗਾਤਾਰ ਚੱਲ ਰਿਹਾ, ਅਸੀਂ ਪਾਕਿਸਤਾਨ ਤੋਂ ਪਹਿਲਾਂ ਲਾਂਘਾ ਬਣਾ ਦੇਵਾਂਗੇ, ਲਾਂਘੇ ਦੇ ਵਿਚ ਕੋਈ ਦਿੱਕਤ ਨੀ ਆਉਣ ਦੇਵਾਂਗੇ, ਅਸੀਂ ਤਾਂ ਕਮਾਲਾਂ ਕਰੀ ਜਾਂਦੇ ਹਾਂ, ਅਸੀਂ ਤਾਂ ਪਿੱਛੇ ਨੀ ਹਟਦੇ, ਅਸੀਂ ਤਾਂ ਜੀ 3-3 ਸ਼ਿਫਟਾਂ ਦੇ ਵਿਚ ਕੰਮ ਸ਼ੁਰੂ ਕਰਵਾਉਣ ਲੱਗੇ ਆ। ਪਹਿਲਾਂ 2 ਸ਼ਿਫਟਾਂ ਦੇ ਵਿਚ ਅਸੀਂ ਚਾਹੁੰਦੇ ਹਾਂ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਤਿਹਾਸ ਸਿਰਜਿਆ ਜਾਵੇ, ਪਰ ਹਕੀਕਤ ਇਹ ਹੈ ਵੀ ਉਥੇ ਕੰਮ ਹਫਤਾ ਹਫਤਾ ਬੰਦ ਰਹਿੰਦਾ। ਭਾਰਤ ਵਾਲੇ ਪਾਸੇ ਪਹਿਲੇ ਦਿਨ ਤੋਂ ਡਿੱਕੋ ਡੋਲੇ ਵਾਲਾ ਕੰਮ ਚੱਲਦਾ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਕਰਤਾਰਪੁਰ ਦੇ ਲਾਂਘੇ ਨੂੰ ਬਣਾਉਣ ਦੀ ਗੱਲ ਕਹੀ ਸੀ, ਭਾਰਤ ਨੇ ਨੰਬਰ ਬਣਾਉਣ ਦੇ ਚੱਕਰ ਦੇ ਵਿਚ 2 ਦਿਨ ਪਹਿਲਾਂ ਨੀਂਹ ਪੱਥਰ ਰੱਖਤਾ। ਉਹ ਨੀਂਹ ਪੱਥਰ ਰੱਖਣ ਤੋਂ ਬਾਅਦ ਅੱਜ ਤੱਕ ਦੀ ਕਾਰਗੁਜ਼ਾਰੀ ਵੇਖ ਲਓ ਤੇ ਪਾਕਿਸਤਾਨ ਵਾਲੇ ਪਾਸੇ ਦੀ ਕਾਰਗੁਜ਼ਾਰੀ ਵੇਖ ਲਓ। ਪਾਕਿਸਤਾਨ ਬਣਾ ਕੇ ਲਾਂਘਾ ਵੀਡੀਓ ਪੋਸਟ ਕਰ ਦਿੰਦਾ ਸੋਸ਼ਲ ਮੀਡੀਆ ਤੇ,
ਵੀ ਅਸੀਂ ਇੰਨੇ ਫੀਸਦੀ ਬਣਾ ਦਿੱਤਾ। ਅਸੀਂ ਉਹ ਵੀਡੀਓ ਦੇਖ ਕੇ ਗੱਲ ਕਹਿੰਦੇ ਜੀ ਕਿ ਅਸੀਂ ਵੀ ਲਗਾਤਾਰ ਬਣਾ ਰਹੇ ਹਾਂ ਪਰ ਉਵੇਂ ਬਣ ਨਹੀਂ ਰਿਹਾ ਹੁੰਦਾ। ਪਹਿਲੀ ਗੱਲ ਤਾਂ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਦੇ ਵਿੱਚ ਕਈ ਮਹੀਨੇ ਇਸ ਕਰਕੇ ਲਾਂਘਾ ਲੇਟ ਹੋ ਗਿਆ, ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਈ। ਕਿਸਾਨ ਕਹਿੰਦੇ ਵੱਧ ਮੁੱਲ ਚਾਹੀਦਾ, ਪ੍ਰਸ਼ਾਸਨ ਨੂੰ ਘੱਟ ਮੁੱਲ ਦਿੰਦਾ ਸੀ, ਪ੍ਰਸ਼ਾਸਨ ਕਹਿੰਦਾ ਵੀ ਇੰਨੇ ਪੈਸੇ ਦੇਵਾਂਗੇ, ਕਿਸਾਨ ਕਹਿੰਦੇ ਇੰਨੇ ਲੈਣੇ, ਕਿਸਾਨ ਕਹਿੰਦੇ ਟੱਬਰ ਦੇ ਇੱਕ ਜੀ ਨੂੰ ਨੌਕਰੀ ਦਿਓ, ਸਾਨੂੰ ਇੰਨੇ ਪੈਸੇ ਮਿਲਣ, ਅਸੀਂ ਕਿਤੇ ਹੋਰ ਜਾ ਕੇ ਜ਼ਮੀਨ ਲੈਣੀ। ਕਈ ਮਹੀਨੇ ਇਸ ਕੰਮ ਚ ਬੀਤ ਗਏ, ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ, ਕਦੇ ਮੀਂਹ ਪੈ ਗਿਆ, ਇਹਨਾਂ ਕੋਲ ਬਹਾਨਾ ਆ ਗਿਆ ਜੀ ਹੁਣ ਚਿੱਕੜ ਬੜਾ ਹੋ ਗਿਆ, ਕਦੇ ਠੰਡ ਸ਼ੁਰੂ ਹੋ ਗਈ, ਕਦੇ ਜੀ ਠੰਡ ਬੜੀ ਹੋ ਗਈ, ਪਿੱਛੇ ਜੇ ਗਰਮੀ ਬਹੁਤ ਸੀ, ਕਦੇ ਜੀ ਗਰਮੀ ਬੜੀ ਹੋ ਗਈ, ਕਦੇ ਕੋਈ ਬਹਾਨਾ, ਕਦੇ ਕੋਈ ਬਹਾਨਾ। ਆ ਦੋ ਕੁ ਮਹੀਨੇ ਪਹਿਲਾਂ ਦੀ ਖ਼ਬਰ ਸੀ ਜਦੋਂ JCB ਮਸ਼ੀਨਾਂ ਦੇ ਡਰਾਈਵਰਾਂ ਨੇ ਹੜਤਾਲ ਕਰਤੀ ਸੀ, ਉਹ ਕਹਿੰਦੇ ਜੀ ਅਸੀਂ ਲਾਂਘੇ ਦੇ ਕੰਮ ਚ ਕੋਈ ਯੋਗਦਾਨ ਨੀ ਪਾਉਣਾ, ਸਾਡੀ ਦੋ ਦੋ ਮਹੀਨੇ ਦੀ ਤਨਖਾਹ ਨੀ ਮਿਲਦੀ। ਉਦੋਂ ਵੀ ਚੁੱਪ ਕਰਕੇ ਪ੍ਰਸ਼ਾਸਨ ਬੈਠਾ ਰਿਹਾ, ਠੇਕੇਦਾਰ ਨੂੰ ਪੈਸੇ ਨੀ ਦਿੱਤੇ। ਹੁਣ ਨਵੀਂ ਖ਼ਬਰ ਆ ਗਈ ਹੈ, ਪਿਛਲੇ 7 ਦਿਨਾਂ ਤੋਂ ਲਾਂਘੇ ਦਾ ਕੰਮ ਬੰਦ ਪਿਆ, ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਆ, ਜਿਹੜੇ ਕਾਰੀਗਰ ਕੰਮ ਕਰਦੇ ਆ, ਜਿਹੜੇ ਡਰਾਈਵਰ ਕੰਮ ਕਰਦੇ ਆ, ਉਹਨਾਂ ਸਾਰਿਆਂ ਨੇ ਕੰਮ ਤੇ ਆਉਣ ਤੋਂ ਨਾ ਕੀਤੀ ਹੋਈ ਹੈ। ਉਹ ਆਲੇ ਵੀ ਸਾਡੇ ਪੀਪੇ ਦੇ ਵਿੱਚ ਆਟਾ ਹੈ ਨੀਗਾ, ਅਸੀਂ ਤੁਹਾਡੇ ਲਾਂਘੇ ਤੋਂ ਕੀ ਕਰਾਉਣਾ, ਸਾਨੂੰ 3-3 ਮਹੀਨੇ ਤੋਂ ਤਨਖਾਹ ਨੀ ਮਿਲੀ, ਅਸੀਂ ਕੀ ਲੈਣਾ ਲਾਂਘੇ ਤੋਂ। ਬਾਬੇ ਨਾਨਕ ਨੇ ਕਿਰਤ ਦੀ ਗੱਲ ਕਹੀ ਵੀ ਕਿਰਤੀ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ, ਉਹ ਕਹਿੰਦੇ ਅਸੀਂ ਵੀ ਤਾਂ ਕਿਰਤ ਕਰਦੇ ਹਾਂ, ਸਾਡੀ ਤਨਖਾਹ ਨੀ ਮਿਲਦੀ, ਅਸੀਂ ਲਾਂਘੇ ਤੋਂ ਨੀ ਕਰਾਉਣਾ। ਫਿਰ ਨਾ ਤਾਂ ਪ੍ਰਸ਼ਾਸਨ ਨੇ ਨਾ ਕਿਸੇ ਮੰਤਰੀ ਨੇ ਇਹਦੇ ਵੱਲ ਖਿਆਲ ਕੀਤਾ। ਸੋ ਚਾਹੀਦਾ ਤਾਂ ਇਹ ਸੀਗਾ ਕਿ ਇਹ ਵੇਲੇ ਸਿਰ ਲਾਂਘਾ ਬਣਦਾ, ਇਹਦੇ ਵਿੱਚ ਕੋਈ ਅੜਿੱਕਾ ਨਾ ਪੈਂਦਾ, ਪਰ ਕੁਛ ਵੀ ਉਹੀ ਕੁਛ ਹੋਈ ਜਾਂਦਾ। ਪੰਜਾਬ ਦੇ ਨੇਤਾ ਕਹੀ ਜਾਂਦੇ ਆ ਮੋਦੀ ਸਰਕਾਰ ਸਹੀ ਬਜਟ ਨਹੀਂ ਭੇਜਦੀ, ਮੋਦੀ ਸਰਕਾਰ ਦੇ ਮੰਤਰੀ ਕਹੀ ਜਾਂਦੇ ਆ ਪੰਜਾਬ ਦੀ ਸਰਕਾਰ ਚ ਹਿਰਦੇ ਨਹੀਂ ਗੀ। ਸੋ ਲਾਂਘੇ ਦੇ ਵਿੱਚ ਅੜਿੱਕੇ ਅਸੀਂ ਆਪੇ ਪਾਈ ਜਾਂਦੇ ਆ। ਨਾਲੇ ਹੁਣ ਤਾਂ ਭਾਜਪਾ ਦੇ ਮੰਤਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਸੁਬਰਾਮਨੀਅਮ ਸਵਾਮੀ ਵਰਗਿਆਂ ਨੇ, ਕਹਿੰਦੇ ਵੀ ਲਾਂਘੇ ਦਾ ਕੰਮ ਬੰਦ ਹੋਣਾ ਚਾਹੀਦਾ, ਇਧਰੋਂ ਅੱਤਵਾਦ ਆਇਆ ਕਰੂਗਾ। ਹੁਣ ਇਹ ਗੱਲ ਕਹੀ ਜੀ ਕਿ ਜਦੋਂ ਅਸੀਂ ਪਾਕਿਸਤਾਨ ਨੂੰ ਢਹਿ ਢੇਰੀ ਕਰਤਾ, ਉਸ ਤੋਂ ਬਾਅਦ ਅਸੀਂ ਆਪੇ ਲਾਂਘਾ ਖੋਲ ਲਾਂਗੇ, ਸਾਨੂੰ ਹਾਲ ਦੀ ਕਿਹੜੀ ਲੋੜ ਪੈਣੀ। ਇਸ ਗੱਲ ਤੇ ਉੱਥੇ ਰਾਜਨੀਤੀ ਛਿੜੀ ਹੈ, ਰਾਜਨੀਤੀਆਂ ਛਿੜੀ ਜਾਂਦੀਆਂ, ਇਹਨੇ ਕਰਤਾ ਆ ਤੇ ਉਹਨੇ ਕਰਤਾ ਫਲਾਨਾ ਤੇ ਫਲਾਣੇ ਨੇ ਕਰਤਾ ਢੀਂਗਰਾ। ਪਰ ਚਾਹੀਦਾ ਇਹ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੀਆਂ ਅੜਚਣਾਂ ਪੈਂਦੀਆਂ, ਉਹਨਾਂ ਅੜਚਣਾਂ ਨੂੰ ਵੇਲੇ ਸਿਰ ਹੱਲ ਕੀਤਾ ਜਾਵੇ ਜੀ। ਉਧਰ ਕਸ਼ਮੀਰ ਮਸਲੇ ਤੇ ਦੇ ਹੱਲ ਲਈ ਮੋਦੀ ਤੇ ਛਾ ਜੋੜੀ ਆ ਜਿਹੜੀ ਉਹਨੇ ਨਵੇਂ ਪੈਂਤੜੇ ਖੇਡੇ ਨੇ, ਉਹ ਕਿਹੜੇ ਨੇ? ਦੇਖੋ ਗੱਲ ਇਹ ਜੀ ਕਿ ਮੋਦੀ ਜੋੜੀ ਵੀ ਜਾਣਦੀ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਤਸੱਲੀਜਨਕ ਹਾਲੇ ਤੱਕ ਨਹੀਂ ਹੈਗਾ। ਜਿਹੜੇ ਕਸ਼ਮੀਰ ਦੇ ਵਿੱਚ ਲੋਕ ਵਸਦੇ ਆ ਉਹਨਾਂ ਨੂੰ ਦਬਾ ਕੇ ਤਾਂ ਭਾਵੇਂ ਚੁੱਪ ਹਾਲੇ ਤੱਕ ਕਰਾਇਆ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਜੀ ਉਹ ਸਾਰੇ ਦੇ ਸਾਰੇ ਲੋਕ ਸੰਤੁਸ਼ਟ ਆ। ਜਦੋਂ ਲੋਕ ਦਿੱਲੀ ਤੌਰ ਦੇ ਉੱਤੇ ਸੰਤੁਸ਼ਟ ਨਹੀਂ ਗਏ ਤਾਂ ਫਿਰ ਆਰਮੀ ਲਾ ਕੇ ਉਹਨਾਂ ਨੂੰ ਕਿੰਨਾ ਕੁ ਚਿਰ ਦੱਬਿਆ ਜਾ ਸਕਦਾ, ਕਿੰਨੀ ਕੁ ਦੇਰ ਪੁਲਿਸ ਦੇ ਜ਼ੋਰ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਸਕਦਾ। ਹੁਣ ਤਾਜ਼ਾ ਖ਼ਬਰ ਇਹ ਮਿਲੀ ਹੈ ਕਿ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਆ ਉਹਨਾਂ ਦੇ ਅੰਦਰ ਠੰਡ ਪਾਉਣ ਦੇ ਲਈ, ਉਹਨਾਂ ਨੂੰ ਇਹ ਦਿਖਾਉਣ ਦੇ ਲਈ ਵੀ ਦੇਖੋ ਤੁਹਾਡੇ ਲਈ ਕੀ ਕੁਝ ਅਸੀਂ ਕਰ ਦਿੱਤਾ, ਇਹ ਸਾਰਾ ਕੁਝ ਤਾਂ ਹੀ ਹੋਇਆ ਵੀ ਧਾਰਾ 370 ਹਟਾਈ ਗਈ ਆ। ਇਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ 50,000 ਸਰਕਾਰੀ ਨੌਕਰੀ ਦੀ ਭਰਤੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਤੇ ਸਤਿਆਪਾਲ ਮਲਿਕ ਜਿਹੜੇ ਕਿ ਉੱਥੋਂ ਦੇ ਰਾਜਪਾਲ ਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਜੰਮੂ ਕਸ਼ਮੀਰ ਦੀ ਜਵਾਨੀ ਵਾਸਤੇ ਬਹੁਤ ਵਧੀਆ ਮੌਕਾ, ਵੱਧ ਤੋਂ ਵੱਧ ਉਹ ਅਪਲਾਈ ਕਰਨ, ਵੱਧ ਤੋਂ ਵੱਧ ਨੌਕਰੀਆਂ ਸਰਕਾਰੀ ਹਾਸਲ ਕਰਨ। 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਉੱਤੇ ਅਸੀਂ ਰੱਖ ਲੈਣੇ ਆ, ਭਰਤੀ ਕਰਨੇ ਆ, 50,000 ਨੌਕਰੀਆਂ ਹੈਗੀਆਂ। ਜੀ ਜੀ ਜੀ। ਉਧਰ ਪਾਕਿਸਤਾਨ ਨੇ ਭਾਰਤ ਅਫਗਾਨਿਸਤਾਨ ਦਾ ਵਪਾਰ ਬੰਦ ਕਰਨ ਦੀ ਤਿਆਰੀ ਕਰ ਲਈ? ਬਿਲਕੁਲ ਜੀ, ਦੇਖੋ ਇੱਕ ਤਾਂ ਗੱਲ ਇਹ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਹੈਗੀ ਹੈ ਤੇ ਲੰਮਾ ਸਮਾਂ ਰਹਿਣੀ ਵੀ ਹੈ। ਵੈਸੇ ਕੁੜੱਤਣ ਵਾਲੇ ਮੌਕੇ ਕਈ ਵਾਰ ਬਣਦੇ ਆ, ਪਰ ਇਸ ਵੀ ਪਾਕਿਸਤਾਨ ਨੇ ਸਟੈਂਡ ਵੱਧ ਲਿਆ, ਉਹਨਾਂ ਨੇ ਤਾਂ ਸਮਝੌਤਾ ਐਕਸਪ੍ਰੈਸ ਵੀ ਬੰਦ ਕਰ ਦਿੱਤੀ ਹੈ, ਕਈ ਹੋਰ ਹਰਬੇ ਵੀ ਵਰਤਣੇ ਸ਼ੁਰੂ ਕੀਤੇ ਆ। ਆਪ ਵੀ ਵਪਾਰ ਦੇ ਵਿੱਚ ਬਹੁਤਾ ਇੰਟਰਸਟ ਨਹੀਂ ਲੈ ਰਿਹਾ ਭਾਰਤ ਦੇ ਨਾਲ ਪਾਕਿਸਤਾਨ, ਨੁਕਸਾਨ ਭਾਵੇਂ ਇਕੱਲੇ ਪਾਕਿਸਤਾਨ ਦਾ ਹੋਵੇ ਭਾਵੇਂ ਇਕੱਲੇ ਭਾਰਤ ਦਾ ਹੋਵੇ, ਪਰ ਸਭ ਤੋਂ ਪਹਿਲਾਂ ਨੁਕਸਾਨ ਵਪਾਰੀਆਂ ਦਾ ਤੇ ਕੁਲੀਆਂ ਦਾ ਹੋਇਆ। ਉਹਨਾਂ ਵਿਚਾਰਿਆਂ ਨੂੰ ਹੁਣ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਕਾਰੋਬਾਰ ਦੇ ਕੰਮਕਾਜ ਦੇ ਰੋਟੀ ਖਾਣ ਦੇ ਲਈ, ਕਿਉਂਕਿ ਰਾਜਨੀਤੀ ਦੀ ਭੇਟ ਉਹਨਾਂ ਦਾ ਕਿੱਤਾ ਚੜ ਚੁੱਕਿਆ।
ਹੁਣ ਪਤਾ ਲੱਗਾ ਵੀ ਪਾਕਿਸਤਾਨ ਨੇ ਆਪਣੇ ਵੱਲੋਂ ਤਾਂ ਵਪਾਰ ਬੰਦ ਕਰਨੀ ਹੈ, ਅਫਗਾਨਿਸਤਾਨ ਦੇ ਵੱਲੋਂ ਭਾਰਤ ਦੇ ਵਿਚ ਸੁੱਕੇ ਮੇਵੇ ਭੇਜੇ ਜਾਂਦੇ ਆ, ਇਸ ਕਿਸਮ ਦਾ ਖੁਸ਼ਬੂਦਾਰ ਜੀਰਾ ਜਿਹੜਾ ਉਹਨਾਂ ਦਾ ਕਾਫੀ ਮਹਿੰਗਾ, ਅੰਜੀਰ ਆ, ਬਦਾਮਗਿਰੀ ਆ, ਅਖਰੋਟ ਆ ਤੇ ਕੁੱਝ ਹੋਰ ਸੁੱਕੇ ਮੇਵੇ ਜਿਹੜੇ ਉਹ ਅਫਗਾਨਿਸਤਾਨ ਦੇ ਭਾਰਤ ਦੇ ਵਿਚ ਆਉਂਦੇ ਆ ਤੇ ਅਫਗਾਨਿਸਤਾਨ ਦੀ ਆਰਥਿਕਤਾ ਦੇ ਉੱਤੇ ਇਨ੍ਹਾਂ ਸੁੱਕੇ ਮੇਵਿਆਂ ਦਾ ਕਾਫੀ ਵੱਡਾ ਪ੍ਰਭਾਵ ਆ। ਜਿਹੜਾ ਇਹ ਉਧਰੋਂ ਸੁੱਕਾ ਮੇਵਾ ਆਉਂਦਾ ਇਹ ਆਉਂਦਾ ਪਾਕਿਸਤਾਨ ਦੇ ਵਿਚ ਵੀ ਤੇ ਸੜਕੀ ਰਸਤੇ ਦੇ ਰਾਹੀਂ, ਤੇ ਪਾਕਿਸਤਾਨ ਦੀ ਇੱਛਾ ਹੁਣ ਇਹ ਹੈ ਜੀ ਕਿ ਅਸੀਂ ਇਸ ਰਾਹ ਨੂੰ ਬੰਦ ਕਰੀਏ ਤਾਂ ਜੋ ਅਫਗਾਨਿਸਤਾਨ ਭਾਰਤ ਨੂੰ ਨਾ ਪਹੁੰਚਾ ਸਕੇ ਸੁੱਕੇ ਮੇਵੇ। ਹੁਣ ਜੇਕਰ ਇਹ ਰਾਹ ਬੰਦ ਕਰ ਦਿੱਤਾ ਜਾਂਦਾ, ਵਪਾਰ ਨੂੰ ਬੰਦ ਕਰਦਾ ਪਾਕਿਸਤਾਨ, ਤਾਂ ਉਸ ਤੋਂ ਬਾਅਦ ਆਰਥਿਕਤਾ ਦੇ ਉੱਤੇ ਅਸਰ ਪੈਣਾ ਹੈਗਾ ਅਫਗਾਨਿਸਤਾਨ ਦੀ। ਤੇ ਇੱਕ ਬਦਲਵਾਂ ਪ੍ਰਬੰਧ ਇਹ ਹੈਗਾ ਵੀ ਸ਼ਿਪ ਦੇ ਰਾਹੀਂ, ਪਾਣੀ ਵਾਲੇ ਜਹਾਜ਼ ਦੇ ਰਾਹੀਂ ਇਹ ਮੇਵੇ ਇੱਧਰ ਭਾਰਤ ਪਹੁੰਚਾਏ ਜਾਣ, ਪਰ ਉਹ ਵਪਾਰੀ ਪਸੰਦ ਨਹੀਂ ਕਰਦੇ ਕਿਉਂਕਿ ਜਦੋਂ ਸ਼ਿਪਿੰਗ ਦੇ ਰਾਹੀਂ ਆਉਂਦੇ ਆ ਮੇਵੇ ਉਹਨਾਂ ਨੂੰ ਸਲਾਬਾ ਚੜ ਜਾਂਦਾ, ਉਹ ਸਲਾਬੇ ਹੋ ਜਾਂਦੇ ਆ, ਵਪਾਰੀ ਉਹਨੂੰ ਪਸੰਦ ਨਹੀਂ ਕਰਦੇ, ਇਸ ਕਰਕੇ ਸੜਕੀ ਰਸਤੇ ਰਾਹੀਂ ਆਉਣ ਜਾਣ ਵਾਲੀ ਚੀਜ਼ ਨੂੰ ਪਹਿਲ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਇਸ ਮਸਲੇ ਦੇ ਉੱਤੇ ਪਰੇਸ਼ਾਨੀ ਆ ਸਕਦੀ ਹੈ, ਹਾਲੇ ਆਈ ਨਹੀਂ, ਆਉਣ ਦੀ ਸੰਭਾਵਨਾ ਬਣ ਗਈ ਹੈ। ਉਧਰ ਭੁੱਟੋ ਬਿਲਾਵਲ ਨੇ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਨੇ, ਉਹ ਕਹਿੰਦੇ ਨੇ ਜੀ ਭਾਰਤ ਦੇ ਦਬਾਅ ਤੋਂ ਡਰ ਗਿਆ ਇਮਰਾਨ ਖਾਨ, ਉਹ ਕਹਿੰਦੇ ਜੇ ਕਸ਼ਮੀਰ ਲੈਣਾ ਤਾਂ ਦੂਰ ਦੀ ਗੱਲ ਹੈ ਤੁਹਾਡੀ, ਪੀ ਓ ਕੇ ਬਚਾਉਣਾ ਵੀ ਤੁਹਾਡੇ ਲਈ ਔਖਾ ਹੋਇਆ, ਪਹਿਲਾਂ ਉਹਨੂੰ ਇਹ ਸਾਂਭ ਲਓ ਜੀ। ਬਿਲਕੁਲ, ਦੇਖੋ ਗੱਲ ਤਾਂ ਫਿਰ ਉੱਥੇ ਆ ਕੇ ਮੁਕਦੀ ਹੈ ਜੀ ਕਿ ਦੋਹਾਂ ਦੇਸ਼ਾਂ ਨੇ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ, ਭਾਰਤ ਦੇ ਕੁਝ ਨੇਤਾ ਪਾਕਿਸਤਾਨ ਦੇ ਬਾਰੇ, ਪਾਕਿਸਤਾਨ ਦੇ ਕੁਝ ਨੇਤਾ ਭਾਰਤ ਦੇ ਬਾਰੇ ਹਰ ਰੋਜ਼ ਕੁਝ ਨਾ ਕੁਝ ਬੋਲਦੇ ਆ। ਇਹ ਰਾਜਨੀਤਿਕ ਲੋਕ ਆ ਜਿਹੜੇ, ਉਹਨਾਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ। ਰਾਜਨੀਤਿਕ ਲੋਕ ਜੰਗ ਲਾਉਣ ਨੂੰ ਜਾਂ ਜੰਗ ਦੇ ਪੁਰਾਣੇ ਸਬਕ ਸਿਖਾਉਣ ਨੂੰ ਜਾਂ ਅਤੀਤ ਦੇ ਵੱਲ ਝਾਕ ਮਾਰਨ ਨੂੰ ਜਾਂ ਅਸੀਂ ਏਦਾਂ ਕਰ ਦਿਆਂਗੇ ਅਸੀਂ ਉੱਦਾਂ ਕਰ ਦਿਆਂਗੇ ਇਹ ਕਹਿਣ ਦੇ ਵਿਚ ਬਹੁਤ ਵਡੱਪਣ ਸਮਝਦੇ ਆ। ਪਰ ਕਿਸੇ ਵੀ ਰਾਜਨੀਤਿਕ ਨੇਤਾ ਨੇ ਅੱਜ ਤੱਕ ਲੰਘੇ ਵੇਲੇ ਚ ਹੋਈਆਂ ਜੰਗਾਂ ਤੋਂ ਸਬਕ ਨਹੀਂ ਸਿੱਖਿਆ। ਅਸੀਂ 71 ਦੀ ਜੰਗ ਦੇ ਵਿਚ, 65 ਦੀ ਜੰਗ ਦੇ ਵਿਚ ਜਿੱਤ ਕੇ ਕੁਛ ਨੀ ਖੱਟਿਆ, ਉਹਨਾਂ ਨੇ ਹਾਰ ਕੇ ਕੁਛ ਨਹੀਂ ਖੱਟਿਆ। ਇਸ ਕਰਕੇ ਮੇਰੇ ਤਾਂ ਖਿਆਲ ਦੇ ਮੁਤਾਬਕ ਇਹ ਆ ਵੀ ਜਦੋਂ ਭਾਰਤ ਤੇ ਪਾਕਿਸਤਾਨ ਦੇ 95% ਤੋਂ ਵੱਧ ਲੋਕ ਚਾਹੁੰਦੇ ਆ ਕਿ ਜੰਗ ਵੀ ਨਾ ਹੋਵੇ ਤੇ ਪਿਆਰ ਦਾ ਪ੍ਰਗਟਾਵਾ ਹੋਵੇ ਤੇ ਹੱਦਾਂ ਸਰਹੱਦਾਂ ਮੁੱਕ ਜਾਣ, ਤੇ 5% ਲੋਕਾਂ ਦੇ ਵੱਲੋਂ ਪਿੰਡ ਦੇ ਵਿਚ ਤਾਨਾ ਪਾਇਆ ਹੋਵੇ ਉਹ ਵੀ ਸਿਰਫ ਵੋਟਾਂ ਦੇ ਚੱਕਰ ਦੇ ਵਿਚ। ਇਹ ਸਾਡੇ ਦੇਸ਼ਾਂ ਦੀ ਬਦਕਿਸਮਤੀ ਹੈ, ਲੋਕਾਂ ਦੇ ਮੁਤਾਬਕ ਲੋਕਤੰਤਰ ਦੀ ਗੱਲ ਕਰਦੇ ਆ ਪਰ ਲੋਕਤੰਤਰ ਆ ਜਿਹੜਾ ਲੋਕਾਂ ਦੇ ਹੱਥ ਦੇ ਵਿਚ ਹੈ ਨਹੀਂ ਹੈ। ਉਧਰ ਦੂਜੇ ਪਾਸੇ ਧਾਰਾ 370 ਹਟਾਉਣ ਤੋਂ ਮਗਰੋਂ ਜੰਮੂ ਕਸ਼ਮੀਰ ਦੇ ਵਿਚ ਜੋ ਹਾਲਾਤ ਹੋਏ ਨੇ, ਉਥੋਂ ਦੀਆਂ ਖੇਤਰੀ ਪਾਰਟੀਆਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਦੇ ਵਿਚ ਉਮਰ ਅਬਦੁੱਲਾ ਜੀ ਤੇ ਮੁਫਤੀ ਮਹਿਬੂਬਾ, ਮੁਫਤੀ ਦੇ ਵਿਚ ਮਹਿਬੂਬਾ, ਉਹ ਕਹਿੰਦੀ ਆ ਜੀ ਸ਼ਰਤਾਂ ਬਣਾ ਕੇ ਹਾਂ ਨਹੀਂ ਕਰਨੀ ਜੋ ਮਰਜ਼ੀ ਹੋ ਜੇ। ਹਾਂ ਬਿਲਕੁਲ ਜੀ, ਉਹਨਾਂ ਦੇ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਸ਼ਰਤਾਂ ਦੇ ਤਹਿਤ ਕੁਝ ਨਹੀਂ ਹੋਣਾ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਸਿੱਖਾਂ ਦੇ ਪਿੱਛੇ ਬੰਦ ਕਰਕੇ ਕੁਝ ਨਹੀਂ ਹੋਣਾ। ਉਹਨਾਂ ਨੇ ਕਿਹਾ ਜੀ ਕਿ ਇਹ ਲੰਮੇ ਚਲੇ ਦੀ ਖੇਡ ਨਹੀਂ ਹੈ ਵੀ ਸਾਨੂੰ ਡੱਕ ਕੇ ਰੱਖ ਲੈਂਦੇ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਵੇਦਨਾ, ਲੋਕਾਂ ਦਾ ਪ੍ਰਗਟਾਵਾ ਆਪਣੇ ਆਪ ਹੁੰਦਾ ਤੇ ਹੋ ਰਿਹਾ। ਉਹਨਾਂ ਨੇ ਕਿਹਾ ਜੀ ਕਿ ਜੋ ਕੇਂਦਰ ਦੇ ਵੱਲੋਂ ਕੀਤਾ ਗਿਆ ਇਹ ਧੱਕੇਸ਼ਾਹੀ ਹੈ, ਪਰ ਕੇਂਦਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਈ ਧੱਕੇਸ਼ਾਹੀ ਨਹੀਂ, ਇਹ ਸਾਡਾ ਹੱਕ ਸੀ, ਇਹ ਸਾਡਾ ਫਰਜ਼ ਸੀ, ਇਹ ਸਾਡਾ ਚੋਣ ਵਾਅਦਾ ਸੀ, ਅਸੀਂ ਇਹ ਪੂਰਾ ਕਰਤਾ। ਅਤੀਤ ਦੇ ਵਿਚ ਜਵਾਹਰ ਲਾਲ ਨਹਿਰੂ ਦੇ ਵੱਲੋਂ ਜਿਹੜੀਆਂ ਗਲਤੀਆਂ ਕੀਤੀਆਂ ਗਈਆਂ ਉਹਨਾਂ ਨੂੰ ਸੋਧਣਾ ਸਾਡਾ ਕੰਮ ਹੈਗਾ। ਤੇ ਦੇਖੋ ਰਾਜਨੀਤਿਕ ਝਟਕੇ ਬਹੁਤ ਵੱਡੇ ਵੱਡੇ ਲੱਗ ਰਹੇ ਆ। PDP ਦੇ ਕੱਲ 8 ਆਗੂ ਆ ਜਿਹੜੇ ਉਹ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਆ। ਹੌਲੀ ਹੌਲੀ ਬਾਕੀ ਪਾਰਟੀਆਂ ਨੂੰ ਭਾਜਪਾ ਨੇ ਸੰਨ ਲਾਉਣੀ ਉੱਥੇ ਸ਼ੁਰੂ ਕਰਤੀ ਆ। ਭਵਿੱਖੀ ਨਤੀਜੇ ਕੀ ਹੋਣਗੇ ਕੁਝ ਕਹਿ ਨਹੀਂ ਸਕਦੇ, ਪਰ ਇਹ ਵਕਤ ਲੰਮਾ ਜਿਹੜਾ ਉਹ ਮੈਨੂੰ ਲੱਗਦਾ ਸਭ ਕੁਝ ਤੈਅ ਕਰੂਗਾ, ਕਿਉਂਕਿ ਹਾਲ ਦੀ ਘੜੀ ਤਾਂ ਮੀਡੀਆ ਵੀ ਮੈਨੇਜਰ ਹੋਰ ਬੜਾ ਕੁਝ ਹੈਗਾ ਉੱਥੇ ਹੋਇਆ ਗਿਆ, ਜਿਹਦੇ ਕਰਕੇ ਅਸਲ ਖਬਰ ਬਹੁਤ ਘੱਟ ਲੋਕਾਂ ਤੱਕ ਨਿਕਲ ਕੇ ਸਾਹਮਣੇ ਆ ਰਹੀ ਹੈ, ਪਰ ਲੰਮੇ ਸਮੇਂ ਤੱਕ ਇਸ ਗੱਲ ਨੂੰ ਡੱਚਿਆ ਨਹੀਂ ਜਾ ਸਕਦਾ। ਜੀ ਜੀ ਜੀ, ਉਧਰ ਇੱਕ ਥਾਣੇਦਾਰ ਨੇ ਕੋਠੇ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜੀ। ਇਹਦੀ ਚੰਡੀਗੜ੍ਹ ਤੋਂ ਖਬਰ ਆਈ ਹੈ। ਇੱਥੇ ਗੁਰਦਾਰ ਸਿੰਘ ਨਾਂ ਦਾ ਸਹਾਇਕ ਸਬ ਇੰਸਪੈਕਟਰ ਹੈ, ਉਹਦੇ ਵੱਲੋਂ ਥਾਣੇ ਦੀ 3 ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ ਗੁਰਦਾਰ ਸਿੰਘ ਦੇ ਵੱਲੋਂ। ਹੁਣ ਇਹਨੇ ਖੁਦਕੁਸ਼ੀ ਕਿਉਂ ਕੀਤੀ ਹੈ, ਕਿ ਕੋਈ ਪਰਿਵਾਰ ਸੀ, ਕੋਈ ਪੈਸੇ ਟੱਕੇ ਦਾ ਰੌਲਾ ਸੀ, ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਾਂ ਆਰਥਿਕ ਤੌਰ ਦੇ ਉੱਤੇ ਪਰੇਸ਼ਾਨ ਸੀ, ਇਹਦੇ ਬਾਬਤ ਹਾਲੇ ਕੁਝ ਪਤਾ ਨਹੀਂ ਲੱਗਾ, ਪਰ ਇਹਦੀ ਲਾਸ਼ ਮਿਲੀ ਹੈ।
ਤੇ ਪੜਤਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਹਾਲੇ ਤੱਕ ਸਾਫ਼ ਕੁਛ ਨਹੀਂ ਹੋ ਸਕਿਆ ਜੀ। ਜੀ ਜੀ ਉਧਰ ਦੂਜੇ ਪਾਸੇ ਇੱਕ ਵਿਦਿਆਰਥਣ ਨੇ ਸਾਬਕਾ ਮੰਤਰੀ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਨੇ ਜੀ। ਹਾਂ ਬਿਲਕੁਲ ਜੀ, ਸਾਬਕਾ ਕੇਂਦਰੀ ਮੰਤਰੀ ਸੋਨੀਆ ਗਾਂਧੀ ਸਵਾਮੀ ਉੱਤੇ ਪਤਾ ਲੱਗਾ ਵੀ ਯੂਪੀ ਦੇ ਵੱਲੋਂ ਖਬਰਾਂ ਸ਼ਾਹਜਹਾਂਪੁਰ ਤੋਂ, ਉਹ ਇੱਕ ਲਾ ਕਾਲਜ ਦਾ ਡਾਇਰੈਕਟਰ ਵੀ ਹੈ ਤੇ ਸਾਬਕਾ ਮੰਤਰੀ ਵੀ ਹੈ ਤੇ ਉਹਦੇ ਉੱਤੇ ਇੱਕ ਬੀਬੀ ਨੇ ਇੱਕ ਕੁੜੀ ਨੇ ਦੋਸ਼ ਲਾਏ ਆ ਵੀ ਇਹਨੇ ਮੇਰੇ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਆ, ਮੈਨੂੰ ਡਰਾਇਆ ਧਮਕਾਇਆ, ਮੈਨੂੰ ਜਿਨਸੀ ਸਬੰਧਾਂ ਲਈ ਮਜਬੂਰ ਕੀਤਾ। ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਣਾ ਕੇ ਪਾਈ ਹੈ ਤੇ ਜਿਸ ਦਿਨ ਤੋਂ ਵੀਡੀਓ ਪਾਈ ਹੈ ਤੇ ਉਸ ਦਿਨ ਤੋਂ ਕੁੜੀ ਇਹ ਆਪ ਗਾਇਆ। ਜਿਹੜਾ ਰਾਸ਼ਟਰੀ ਕਮਿਸ਼ਨ ਆ ਉਹਦੇ ਵੱਲੋਂ ਜੰਮੂ ਮਾਫਰ ਦਾ ਉੱਤਰ ਪ੍ਰਦੇਸ਼ ਦੇ ਡੀਜੀਪੀ ਨੇ ਨੋਟਿਸ ਜਾਰੀ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਵੀ ਇਸ ਮਾਮਲੇ ਦੀ ਸਮੁੱਚੀ ਪੜਤਾਲ ਕਰਕੇ ਸਾਨੂੰ ਜਾਣਕਾਰੀ ਦਿਓ। ਹਾਲ ਦੀ ਘੜੀ ਇਹ ਮੁੱਢਲੀ ਜਾਣਕਾਰੀ ਹੈ ਪਰ ਪੁਲਿਸ ਸਾਹਮਣੇ ਸਮਝ ਨਹੀਂ ਆਈ ਜਾਂ ਕਿੱਥੇ ਗਾਇਬ, ਇਹਨੂੰ ਲੱਭਣਾ ਬੜਾ ਜ਼ਰੂਰੀ ਹੈ। ਜੀ 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 ਇਹ ਪਤਾ ਲੱਗਾ ਜੀ ਟਹਿਣਾ ਸਾਹਿਬ, ਇੱਕ ਗੈਂਗਸਟਰ ਨੇ ਇੱਕ ਏਅਰ ਹੋਸਟੈਸ ਕੁੜੀ ਦਾ ਦਿਲ ਚੋਰੀ ਕਰ ਲਿਆ ਜੀ। ਦੇਖੋ ਇਹ ਖਬਰਾਂ ਬੜੀਆਂ ਆ ਰਹੀਆਂ, ਇਹਨਾਂ ਖਬਰਾਂ ਦਾ ਆਉਣਾ ਹੈਰਾਨਜਨਕ ਵੀ ਨਹੀਂ ਹੈ ਕਿਉਂਕਿ ਮਸਲਾ ਆਪਸੀ ਸਹਿਮਤੀ ਦਾ, ਇਹ ਸਹਿਮਤੀ ਕਿਸੇ ਦੀ ਕਿਤੇ ਵੀ ਹੋ ਸਕਦੀ ਹੈ। ਇਹ ਮਾਮਲੇ ਇਹੋ ਜਿਹੇ ਟਿੱਪਣੀ ਦੀ ਬਾਹਲੀ ਕਰਨ ਨੂੰ ਜੀ ਨਹੀਂ ਕਰਦਾ ਜੀ। ਜੇਕਰ ਅਮਰੀਕਾ ਦੀ ਗੋਲੀ ਅੰਮ੍ਰਿਤਸਰ ਦੇ ਸਿੱਖ ਮਕੈਨਿਕ ਦੇ ਨਾਲ ਪੰਜਾਬ ਦੇ ਵਿਚ ਆ ਕੇ ਤੇ ਤਿੰਨ ਦਿਨ ਪਹਿਲਾਂ ਨਾਵਾਂ ਲੈ ਸਕਦੀ ਆ ਤੇ ਫੇਸਬੁੱਕ ਦੇ ਉੱਤੇ ਮੁਹੱਬਤਾਂ ਪਾਈਆਂ ਤੇ ਉਸ ਤੋਂ ਬਾਅਦ ਫਿਰ ਕੁਛ ਨੀ ਹੋ ਸਕਦਾ। ਹੁਣ ਸਕੂਟਰ ਮਕੈਨਿਕ ਦਾ ਮਾਰਦਾ ਕੱਚਿਆਂ ਦੀ ਪਾਈ, ਚਲੋ ਗੱਲ ਬਣ ਗਈ। ਇੱਥੇ 40-40 ਲੱਖ ਰੁਪਏ ਲਈ ਫਿਰਦੇ ਏਜੰਟਾਂ ਦੇ ਕੋਲੇ, ਹੁਣ ਤਾਂ ਚਲੋ ਦਿਲ ਦੇ ਸੌਦੇ ਆ, ਵਧੀਆ ਗੱਲ ਹੋ ਗਈ ਹੈ। ਕਿਆ ਬਾਤ, ਹੁਣ ਇਸ ਤਰੀਕੇ ਦੇ ਨਾਲ ਇੱਕ ਖਬਰ ਆਈ ਹੈ ਕਿ ਜੇਲ੍ਹਪੁਰ ਦੀ ਜੇਲ੍ਹ ਦੇ ਬੰਦ ਹੈ ਇੱਕ ਪੰਜਾਬੀ ਗੈਂਗਸਟਰ ਫਤਿਹ। ਅੱਛਾ, ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਰਿਹਾ। ਇਹਦੇ ਉੱਤੇ ਕਈ ਤਰ੍ਹਾਂ ਦੇ ਲੁੱਟਾਂ ਖੋਹਾਂ ਦੇ ਕਈ ਹੋਰ ਤਰ੍ਹਾਂ ਦੇ ਮਾਮਲੇ ਦਰਜ ਹੈਗੇ ਆ। ਇੱਕ ਇਹ ਹੋਸਟਸ ਹੈ ਉਹਦਾ ਉਹਦੇ ਉੱਤੇ ਦਿਲ ਆ ਗਿਆ, ਉਹਨੇ ਜੇਲ੍ਹ ਦੇ ਵਿੱਚ ਜਾ ਕੇ ਨਾਲ ਵਿਆਹ ਕਰਵਾ ਲਿਆ, ਬਸ ਇਹੀ ਮੁਹੱਬਤ। ਕਿਆ ਬਾਤ ਹੈ, ਕਿਆ ਬਾਤ ਹੈ, ਦੇਖੋ ਅੱਗੇ ਕੀ ਹੁੰਦਾ, ਸਮਾਂ ਦੱਸੂਗਾ। ਉਧਰ ਇੱਕ ਪਤਾ ਲੱਗਾ ਜੀ, ਪਾਕਿਸਤਾਨ ਦੇ ਇੱਕ ਮੰਤਰੀ ਨੇ ਪਤਾ ਨੀ ਹੁਣ ਤਾਂ ਸੁਪਨਾ ਸਫਨਾ ਆ ਗਿਆ ਕੋਈ, ਪਰ ਉਹਨੇ ਇੱਕ ਦਾਵਾ ਕਰਿਆ ਕਹਿੰਦਾ ਅਕਤੂਬਰ ਮਗਰੋਂ ਜੰਗ ਛੇੜਾਂਗੇ ਜਾਂ ਜੰਗ ਲੱਗੂਗੀ। ਦੇਖੋ ਟੋਇਣਾ ਸਾਹਿਬ, ਝਾਵੇਂ ਸਿਰਫ ਇਧਰ ਨੀ ਪਰਲੇ ਪਾਸੇ ਵੀ ਹੈਗੀ, ਕਮਲੇ ਸਿਰਫ ਇਧਰ ਹੀ ਨੀ ਉਧਰਲੇ ਪਾਸੇ ਵੀ ਹੈ ਜੀ। ਇਹ ਜਿਹੜੇ ਪਾਕਿਸਤਾਨ ਦੇ ਰੇਲ ਵਿਭਾਗ ਦੇ ਮੰਤਰੀ ਆ ਰਾਸ਼ਿਦ ਗਿਲ, ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਕਤੂਬਰ ਮਹੀਨੇ ਦੇ ਵਿਚ ਭਾਰਤ ਦੇ ਨਾਲ ਪਾਕਿਸਤਾਨ ਜੰਗ ਸ਼ੁਰੂ ਕਰ ਦੇਗਾ। ਅੱਛਾ, ਇਹਨਾਂ ਨੇ ਕਿਹਾ ਵੀ ਅਕਤੂਬਰ ਤੋਂ ਮਸਲ ਅੱਗੇ ਪਿੱਛੇ ਹੋ ਸਕਦੇ ਆ, ਪਰ ਜੰਗ ਹੋਣੀ ਹੀ ਹੋਣੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ। ਇਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਹੱਕਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਬੜਾ ਦੁੱਖ ਮਹਿਸੂਸ ਕਰਦੇ ਹਾਂ ਕਿ ਭਾਰਤ ਨੇ ਗਲਤ ਕੀਤਾ, ਇਸੇ ਕਰਕੇ ਅਸੀਂ ਜੰਗ ਦੀ ਪੂਰੀ ਤਿਆਰੀ ਕੀਤੀ ਹੈ। ਇਹ ਜੰਗ ਲੱਗਣੀ ਹੀ ਲੱਗਣੀ ਹੈ ਤੇ ਅਕਤੂਬਰ ਨੂੰ ਹੀ ਨੇੜੇ ਨੇੜੇ ਤੇ ਅਸੀਂ ਲਾ ਦੇਣੀ। ਕਿਆ ਬਾਤ ਹੈ। ਉਧਰ ਪਤਾ ਲੱਗਾ ਜੀ ਇੱਕ ਖਬਰ ਜਿਹੜੀ ਆ ਉਹ ਆਪਣੇ ਆਪ ਦੇ ਵਿਚ ਬਹੁਤ ਮਹੱਤਵਪੂਰਨ ਹੈ ਟਹਿਣਾ ਸਾਹਿਬ। ਕੁਲਦੀਪ ਬਿਸ਼ਨੋਈ ਜੀ ਹਰਿਆਣੇ ਦੇ, ਜਿਹੜੇ ਕਿ ਕਾਂਗਰਸ ਦੇ ਵਿਚ ਰਹੇ ਨੇ, ਬੜੇ ਤਕੜੇ ਲੀਡਰ ਨੇ, ਉਨ੍ਹਾਂ ਦੀ 150 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ ਜੀ। ਹੁਣ ਵੱਡੇ ਵੱਡਿਆਂ ਦੇ ਹੱਥ। ਗੱਲ ਇਹ ਜੀ ਕਿ ਪਿਛਲੇ ਕੁਝ ਸਮੇਂ ਤੋਂ ਨਾ ਇਹ ਰਾਜਨੀਤਿਕ ਲੋਕਾਂ ਦੇ ਉੱਤੇ ਸ਼ਿਕੰਜੇ ਕਸਣ ਦੀਆਂ ਖਬਰਾਂ ਜੀ, ਹਾਲਾਂਕਿ ਸੱਤਾਧਾਰੀ ਧਿਰ ਹੈ ਜਿਹੜੀ ਭਾਜਪਾ, ਉਹਦੇ ਵੀ ਕਈ ਨੇਤਾ ਆਪਾਂ ਜਾਣਦੇ, ਅਮਿਤ ਸ਼ਾਹ ਦੇ ਮੁੰਡੇ ਦੇ ਉੱਤੇ ਵੀ ਤਾਂ ਕਈ ਤਰ੍ਹਾਂ ਦੇ ਦੋਸ਼ ਲੱਗੇ ਸੀ, ਪਰ ਉਹ ਖਬਰ ਨੀ ਸਾਹਮਣੇ ਆਉਂਦੀ। ਇੱਥੇ ਹੁਣ ਪੀ ਚਿਦੰਬਰਮ ਦੀ ਖਬਰ ਆ ਰਹੀ ਹੈ, ਇੱਥੇ ਹੁਣ ਕੁਲਦੀਪ ਬਿਸ਼ਨੋਈ ਦੀ ਖਬਰ ਆ ਰਹੀ ਹੈ। ਕਾਂਗਰਸ ਦੇ ਨੇਤਾਵਾਂ ਦਾ ਇਹ ਕਹਿਣਾ ਵੀ ਸਾਡੇ ਉੱਤੇ ਹਾਲੇ ਹੋਰ ਬੜੇ ਨੰਬਰ ਲੱਗਣੇ, ਸਾਡੇ ਨਾਲ ਹੋਰ ਧੱਕੇ ਸਾਂਝਾ ਹੋਣਗੇ। ਹਾਲਾਂਕਿ ਮੈਂ ਨੀ ਕਹਿੰਦਾ ਕਿ ਧੱਕੇ ਸਾਂਝਾ, ਜਿਹਨੇ ਜੋ ਕੀਤਾ ਸਬੂਤਾਂ ਦੇ ਆਧਾਰ ਦੇ ਉੱਤੇ ਉਹਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ, ਪਰ 150 ਕਰੋੜ ਦੀ ਜਾਇਦਾਦ ਅਟੈਚ ਕੀਤੀ ਹੈ। ਕਾਂਗਰਸ ਦੇ ਵਿਚ ਇੰਨਾ ਵੀ ਦਮ ਨਹੀਂ ਕਿ ਹੁਣ ਇਕੱਠੇ ਹੋ ਕੇ ਤੇ ਇਹਨਾਂ ਗੱਲਾਂ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਕਾਂਗਰਸ ਦੇ ਪੱਲੇ ਕਸ਼ਮੀਰ ਦਾ ਹਾਲ ਦੀ ਘੜੀ ਉਹ ਵਕਤ ਦੱਸੇਗਾ ਬੰਦਾ ਕੀ ਹੈ। ਪਰ ਮੈਂ ਨਾ ਜਾਣ ਤੋਂ ਪਹਿਲਾਂ ਸਮਾਂ ਕਿਤੇ ਥੋੜਾ ਇਸ ਕਰਕੇ ਇੱਕ ਹੜ ਪੀੜਤਾਂ ਦੀ ਖਬਰ ਵੀ ਦੱਸਣੀ ਚਾਹੁੰਦਾ। ਕੱਲ ਮੇਰੇ ਕੁਛ ਮਿੱਤਰ ਆ ਜਿਹੜੇ ਲੋਹੀਆਂ ਖਾਸ ਦੇ ਵੱਲ ਜਾ ਕੇ ਤੇ ਰਾਸ਼ਨ ਵੰਡ ਕੇ ਆਏ ਆ ਜੀ, ਉਹਨਾਂ ਨੇ ਦੱਸੀ ਹੈ ਸਾਰੀ ਸਥਿਤੀ ਵੀ ਜਿਹੜੇ ਪਾਣੀ ਦੇ ਵਿਚ ਡੁੱਬੇ ਹੋਏ ਪਿੰਡ ਆ ਉਹਨਾਂ ਦੀ ਸਥਿਤੀ ਕੀ ਹੈ ਜੀ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਭੈਣਾਂ ਵੀਰਾਂ ਨੇ ਜਾ ਕੇ ਵੱਖ ਵੱਖ ਪ੍ਰਭਾਵਿਤ ਪਿੰਡ ਆ ਜਿਹੜੇ
ਉਹਨਾਂ ਦੇ ਵਿੱਚ ਜੋ ਲੋਕ ਫਸੇ ਬੈਠੇ ਉਹਨਾਂ ਦੀ ਮਦਦ ਕਰਨੀ ਹੈ, ਉਹਨਾਂ ਨੂੰ ਆਪ ਜਾ ਕੇ ਕਿਸ਼ਤੀਆਂ ਦੇ ਰਾਹੀਂ ਮਦਦ ਘਰ ਤੱਕ ਪਹੁੰਚਾ ਕੇ ਆਉਣੀ ਚਾਹੀਦੀ ਸੀ ਪਾਸੇ ਬੈਠੇ ਲੋਕਾਂ ਦੇ ਲਈ। ਜਦੋਂ ਉਹਨਾਂ ਨੇ ਜਾਣਾ ਉਹਦੇ ਨਾਲ ਮਾਸਕ ਲੈ ਕੇ ਜ਼ਰੂਰ ਜਾਣ, ਮੂੰਹ ਉੱਤੇ ਬੰਨਣ ਵਾਲਾ, ਕਿਉਂਕਿ ਉੱਥੇ ਪਾਣੀ ਚੋਂ ਬਦਬੂ ਬਹੁਤ ਆਉਣ ਲੱਗ ਪਈ ਹੈ। ਜਦੋਂ ਤੁਸੀਂ ਜਾਣੇ ਆ ਤੇ ਉਸ ਪਾਸੇ ਖੜਿਆ ਨਹੀਂ ਜਾਂਦਾ, ਥੱਲੇ ਪਾਣੀ ਦੀ ਭੜਾਸ ਆ, ਉਸਨੂੰ ਚੂਰੀ ਦੀ ਟਿੱਕੀ ਵੀ ਚੰਗਾ ਰੰਗ ਦਿਖਾਉਂਦੀ ਹੈ, ਅੱਗ ਵਧਾਉਂਦੀ ਹੈ। ਇਸ ਕਰਕੇ ਲੋਕ ਉੱਥੇ ਕਾਫੀ ਪਰੇਸ਼ਾਨ ਆ। ਆਪ ਵੀ ਮਾਸਕ ਪਹਿਨ ਕੇ ਜਾਓ ਤੇ ਜਿਹੜਾ ਲੋਕਾਂ ਦੇ ਕੋਲੇ ਚੱਲੇ ਆ ਉਹਨਾਂ ਵਾਸਤੇ ਵੀ ਲੈ ਕੇ ਜਾਓ। ਦੂਜੀ ਗੱਲ ਉਹਨਾਂ ਨੂੰ ਇਹ ਕਹੀਏ ਜੀ, ਦਵਾਈਆਂ ਦੀ ਬੜੀ ਲੋੜ ਆ, ਕੱਲਾ ਲੰਗਰ ਨਾ ਪਹੁੰਚਾਓ। ਹਾਂ, ਲੰਗਰ ਉਹ ਕਹਿੰਦੇ ਵੀ ਜੇਕਰ ਇੱਕ ਹਫ਼ਤਾ ਇੱਥੇ ਨਾ ਵੀ ਪਹੁੰਚੇ ਤਾਂ ਵੀ ਕੰਮ ਚੱਲਦਾ, ਕਿਉਂਕਿ ਬੇੜੀਆਂ ਪੂਰੀ ਗਿਣਤੀ ਦੇ ਵਿੱਚ ਹੈ ਨੀ, ਮੋਟਰ ਬੋਟਾਂ ਪੂਰੀ ਗਿਣਤੀ ਚ ਹੈ ਨੀ। ਇਸ ਕਰਕੇ ਸੜਕਾਂ ਦੇ ਉੱਤੇ ਲੰਗਰ ਲੱਗਾ ਹੋਇਆ, ਇਸ ਸੜਕਾਂ ਦੇ ਉੱਤੋਂ ਲੰਘਣ ਵਾਲਿਆਂ ਨੂੰ ਤਾਂ ਲੰਗਰ ਦੀ ਉਹੀ ਲੋੜ ਹੈ ਨੀ, ਕਿਉਂਕਿ ਹਰ ਬੰਦਾ ਰੋਟੀ ਖਾ ਕੇ ਘਰੋਂ ਤੁਰਦਾ, ਆਪਣੀ ਗੱਡੀ ਦੇ ਵਿੱਚ ਨਿਕਲਦਾ। ਪਰ ਕਿਉਂਕਿ ਲੰਗਰ ਨਾ ਖਰਾਬ ਹੋ ਜਾਵੇ, ਇਸ ਕਰਕੇ ਵਰਤਾਉਣਾ ਵੀ ਬੜਾ ਜ਼ਰੂਰੀ ਹੈ। ਇਸ ਕਰਕੇ ਸਹੀ ਥਾਵਾਂ ਤੇ ਲੋੜਵੰਦਾਂ ਤੱਕ ਪਹੁੰਚ ਨਹੀਂ ਰਿਹਾ ਪੂਰੀ ਮਾਤਰਾ ਚ। ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਇੱਥੇ ਕਈ ਲੋਕ ਨਜਾਇਜ਼ ਪੈਦਾ ਵੀ ਚੁੱਕਣ ਲੱਗ ਪਏ ਆ। ਹੁਣ ਉੱਥੇ ਨਗਮਾ ਲੱਗਾ ਹੋਇਆ, ਸੜਕਾਂ ਤੇ ਲੋਕ ਖੜੇ ਆ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਲੋਕ ਉਹ ਆ ਜਿਹੜੇ ਸੜਕ ਪ੍ਰਭਾਵਿਤ ਨਹੀਂ ਆ, ਦੂਰੋਂ ਨੇੜੇ ਆਏ ਆ, ਜਾਂ ਨੇੜਲੇ ਪਿੰਡਾਂ ਦੇ ਆ ਜਿਹੜੇ ਸੜਕਾਂ ਦੇ ਉੱਤੇ ਆ। ਤੁਸੀਂ ਮੰਨ ਲਓ ਪੀੜੀ ਲੈ ਕੇ ਜਾਂਦੇ ਆ, ਤੁਸੀਂ ਹਰਾ ਚਾਰਾ ਲੈ ਕੇ ਜਾਂਦੇ ਆ, ਤੁਸੀਂ ਕੁਛ ਹੋਰ ਲੈ ਕੇ ਜਾਂਦੇ ਆ, ਕਿਉਂਕਿ ਤੁਸੀਂ ਤਾਂ ਅੱਗੇ ਪਹੁੰਚਾ ਨਹੀਂ ਸਕਦੇ। ਉਹ ਇੱਕ ਥਾਂ ਦੇ ਉੱਤੇ ਢੇਰੀ ਚੱਲ ਜਾਂਦੇ ਆ, ਅੱਧਾ ਸਮਾਨ ਚੱਕ ਕੇ ਉਹ ਲੈ ਜਾਂਦੇ ਤੇ ਅੱਧਾ ਹੀ ਮਸਾ ਭੱਲੇ ਪੈਂਦਾ ਜਿਹੜੇ ਪੀੜਤ ਲੋਕ ਆ। ਇਸ ਕਰਕੇ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਚੱਲੇ ਹੋ ਮਦਦ ਕਰਨ ਦੇ ਲਈ ਤਾਂ ਆਪਦਾ ਟਾਈਮ ਖੁੱਲਾ ਦੁੱਲਾ ਕੱਢ ਕੇ ਜਾਓ, ਉੱਥੇ ਆਪਦੇ ਹੱਥੀ ਸੇਵਾ ਕਰਕੇ ਆਓ। ਇਹ ਨਾ ਹੋਇਆ ਵੀ ਉੱਥੇ ਢੇਰੀ ਕਰੇ ਆਏ ਵੀ ਅਸੀਂ ਤਾਂ ਆਪਦਾ ਕੰਮ ਕਰੇ ਆਏ ਹਾਂ, ਏਦਾਂ ਕੁਛ ਨਹੀਂ ਬਣਦਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ, ਬਹੁਤ ਤਰੀਕੇ ਦੇ ਨਾਲ ਤੁਸੀਂ ਖਬਰਸਾਰ ਕੀਤੀ ਹੈ। ਲੈਣੇ ਤੁਹਾਡੇ ਕੋਲ ਇਜਾਜ਼ਤ, ਕੱਲ ਨੂੰ ਮਿਲਣ ਦੇ ਬਾਅਦ ਨਾਲ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ।